ਮਸਰ ਤਖਤਿਆਂ ਦੀ ਯਾਰ ਪੰਜਾਬ ਸਰਕਾਰ ਮਰਦਾਵਾਂ ਸਰਬੰਦ ਸਿੰਘ ਚੋਟਾ ਨੂੰ ਰਿਹਾ ਕਰੋ ਪੰਜਾਬ ਦੇ ਚਿੱਟੇ ਨਾ ਮਰ ਰਹੇ ਨੌਜਵਾਨੀ ਨੂੰ ਬਚਾ ਕੇ ਰਹਾਂਗੇ ਚਿੱਟਾ ਬੇਚਣ ਵਾਲੇ ਤਖਤਿਆਂ ਦੇ ਨੱਥ ਪਾ ਕੇ ਰਹਾਂਗੇ ਪੰਜਾਬ ਸਰਕਾਰ ਮਰਦਾਵਾਂ ਪੰਜਾਬ ਦੇ ਲੋਕੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤ ਦੇ ਪਤਾ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਆ ਜਿਹੜੀ ਰੋਜ਼ ਚਿੱਟੇ ਨਾਲ ਮਰ ਰਹੀ ਹੈ ਕਿਵੇਂ ਹਰ ਰੋਜ਼ ਪੰਜਾਬ ਦੀਆਂ ਮਾਵਾਂ ਪਿੱਟਦੀਆਂ ਨੇ ਪੰਜਾਬ ਦੀਆਂ ਭੈਣਾਂ ਬੈਣ ਪਾਉਂਦੀਆਂ ਨੇ ਕਿਵੇਂ 15-15, 20-20 ਸਾਲ ਦੇ ਨੌਜਵਾਨ ਚਿੱਟੇ ਦੇ ਟੀਕੇ ਲਾ ਲਾ ਕੇ ਕੋਈ ਗਲੀਆਂ 'ਚ ਡਿੱਗਿਆ ਪਿਆ ਕੋਈ ਪਾਣੀ 'ਚ ਡਿੱਗਿਆ ਪਿਆ ਕੋਈ ਨਾਲੀ 'ਚ ਡਿੱਗਿਆ ਪਿਆ ਭਰਾਵੋ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਭਾਰਤੀ ਕਿਸਾਨ ਜਿਹੜੀਆਂ ਸਿੱਧੂ ਪਰ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਮਾਰਚ ਹਜ਼ਾਰਾਂ ਸੈਂਕੜੇ ਗੱਡੀਆਂ ਦਾ ਵੱਡਾ ਕਾਫਲੇ ਦੇ ਰੂਪ ਦੇ ਵਿੱਚ ਲੋਕਾਂ ਨੂੰ ਜਾਗਰਤ ਕਰਨ ਦੇ ਲਈ ਮਾਰਚ ਕੱਢਿਆ ਗਿਆ ਪਿੱਛੇ ਮਾਰਚ ਦਾ ਮਕਸਦ 14 ਤਰੀਕ ਨੂੰ ਬਹੁਤ ਵੱਡਾ ਇਕੱਠ ਹੈ ਜਿਹੜਾ ਜ਼ਿਲ੍ਹਾ ਮਾਨਸਾ ਦੀਆਂ ਕਚਹਿਰੀਆਂ ਦੇ ਵਿੱਚ ਹੋਣ ਜਾ ਰਿਹਾ ਇਸ ਇਕੱਠ ਦੇ ਵਿੱਚ ਅਪੀਲ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਹਰ ਵਰਗ ਦੇ ਲੋਕਾਂ ਨੂੰ ਕਿਉਂਕਿ ਭਰਾਵੋ ਚਿੱਟਾ ਕਦੇ ਕੋਈ ਜਾਤ ਕੋਈ ਧਰਮ ਕੋਈ ਕਿੱਤਾ ਦੇ ਕਿਹੜੀ ਤੁਹਾਡੇ ਜਵਾਕਾਂ ਨੂੰ ਚਿੰਬੜਨਾ ਇਹ ਸ਼ਹਿਰਾਂ ਵਾਲੇ ਜਵਾਕ ਵੀ ਮਹਾਜਨਾਂ ਦੇ ਜਵਾਕ ਵੀ ਹੋਰਾਂ ਗਰੀਬਾਂ ਦੇ ਜਵਾਕ ਵੀ ਲਪੇਟ ਚ ਆ ਰਹੇ ਆ ਸੋ ਆਓ ਆਪਾਂ 14 ਤਰੀਕ ਨੂੰ ਵੱਡਾ ਇਕੱਠ ਜ਼ਿਲ੍ਹਾ ਮਾਨਸਾ ਕਚਹਿਰੀਆਂ ਦੇ ਵਿੱਚ ਕਰੀਏ ਕਿਉਂਕਿ ਇਹ ਚਿੱਟਾ ਕੋਈ ਅਸੀਂ ਮੰਨਦੇ ਹਾਂ ਵੀ 15-16 ਮਹੀਨਿਆਂ ਚ ਨਹੀਂ ਆਇਆ ਚਿੱਟਾ ਪਿਛਲੇ 30-35 ਸਾਲ ਤੋਂ ਕਦੇ ਕ੍ਰਕਸ ਦੇ ਰੂਪ ਚ ਕਦੇ ਸਮੈਕ ਦੇ ਰੂਪ ਚ ਹੁਣ ਚਿੱਟੇ ਦੇ ਰੂਪ ਦੇ ਸਾਡੀ ਜਵਾਨੀ ਨੂੰ ਪਾ ਰਿਹਾ ਇਹ ਪਿਛਲੀਆਂ ਸਰਕਾਰਾਂ ਵੇਲੇ ਵੀ ਬਹੁਤ ਵਿਕਿਆ ਚਾਹੇ ਬਾਦਲਾਂ ਵੇਲੇ ਚਾਹੇ ਕਾਂਗਰਸਾਂ ਵੇਲੇ ਪਰ ਚਿੱਟੇ ਤੋਂ ਅੱਕੇ ਹੋਏ ਲੋਕਾਂ ਨੇ ਆਹ ਖੋਤੀ ਇਨਕਲਾਬੀਆਂ ਦੀ ਸਰਕਾਰ ਤੇ ਭਰੋਸਾ ਕੀਤਾ ਫਿਰ ਇਹ ਕਹਿੰਦੇ ਸੀ ਜਿਹੜਾ ਕੇਜਰੀਵਾਲ ਇੱਥੇ ਕਿਲ ਕਿਲ ਕੇ ਬੋਲਦਾ ਹੁੰਦਾ ਸੀ ਕਿ 3 ਮਹੀਨਿਆਂ ਦੇ ਵਿੱਚ ਜਿੱਦਾਂ ਸਾਡੀ ਸਰਕਾਰ ਆ ਗਈ 3 ਮਹੀਨਿਆਂ ਦੇ ਵਿੱਚ ਚਿੱਟਾ ਖਤਮ ਕਰ ਦਿਆਂਗੇ ਪੰਜਾਬ ਦਾ ਜਿਹੜਾ ਕਹਿੰਦੇ ਸਭ ਤੋਂ ਵੱਡਾ ਤਸਕਰ ਹੈ ਵਿਕਰਮ ਮਜੀਠੀਆ ਉਹਦੇ ਬਾਰੇ ਕੀ ਕਹਿੰਦਾ ਹੁੰਦਾ ਸੀ ਕੇਜਰੀਵਾਲ ਕਿ ਅਸੀਂ ਤੋਰੀ ਚਲੋ ਆਪਾਂ ਪਿੱਛੇ ਰਹਿ ਗਏ ਤੋਰੀ ਚਲੋ ਆਪਾਂ ਨਾਰ ਲਾ ਲਓ ਗੱਡੀਆਂ ਦੇ ਆ ਬਾਈ ਮੋਬਾਈਲ ਵਾਲਿਆਂ ਨੂੰ ਬੇਨਤੀ ਆ ਮੋਟਰਸਾਈਕਲ ਚੜ੍ਹ ਕੇ ਨਾਰ ਲਾ ਦਿਓ ਗੱਡੀਆਂ ਨਾਰ ਲਾ ਦਿਓ ਤਾਂ ਇਹੀ ਕੇਜਰੀਵਾਲ ਕਿਹਾ ਕਹਿੰਦਾ ਹੁੰਦਾ ਸੀ ਕਿ ਜਿੱਦੇ ਸਾਡੀ ਸਰਕਾਰ ਬਣ ਗਈ ਪੂਰੇ 1 ਮਹੀਨੇ ਬਾਅਦ ਵਿਕਰਮ ਮਜੀਠੀਆ ਜੇਲ੍ਹ ਚ ਬੰਦ ਹੋਊਗਾ ਨਾ ਇਹਨਾਂ ਦੇ ਮਜੀਠੀਆ ਬੰਦ ਹੋਇਆ ਨਾ ਚਿੱਟੇ ਦੇ ਤਸਕਰ ਬੰਦ ਹੋਏ ਆ ਸ਼ਰੇਆਮ ਪਿੰਡਾਂ ਦੇ ਵਿੱਚ ਬੈਠੇ ਹਰ ਗਲੀ ਹਰ ਮੋੜ ਦੇ ਵਿੱਚ ਚਿੱਟਾ ਭਰਾਵੇ ਤੁਹਾਨੂੰ ਆਮ ਮਿਲਦਾ ਸ਼ਹਿਰ ਵਾਲੇ ਜਿਹੜਾ ਤੁਹਾਨੂੰ ਵੀ ਪਤਾ ਕਿ ਕੋਈ ਵੀ ਬੰਦਾ ਰਾਤ ਨੂੰ ਕਿਸੇ ਸ਼ਹਿਰ ਦੇ ਵਿੱਚ ਇਕੱਲਾ ਨਹੀਂ ਨਿਕਲ ਸਕਦਾ ਕਿਵੇਂ ਰੋਜ਼ ਲੁੱਟਾਂ ਖੋਹਾਂ ਹੁੰਦੀਆਂ ਨੇ ਚੈਨੀਆਂ ਪੁੱਟੀਆਂ ਜਾਂਦੀਆਂ ਨੇ ਕੰਨ ਪੱਟੇ ਜਾਂਦੇ ਨੇ ਪਿੰਡਾਂ ਦੇ ਵਿੱਚੋਂ ਮੋਟਰਾਂ ਗੱਡੀਆਂ ਖੋਲੀਆਂ ਜਾਂਦੀਆਂ ਨੇ ਕੇਬਲਾਂ ਤਾਰਾਂ ਲਾ ਲਈਆਂ ਜਾਂਦੀਆਂ ਨੇ ਰਾਹ ਜਾਂਦੇ ਰਾਹਗੀਰ ਲੁੱਟ ਲਏ ਜਾਂਦੇ ਨੇ ਇਹ ਸਾਰੇ ਪੁਆੜੇ ਦੀ ਜੜ੍ਹ ਚਿੱਟਾ ਇਹ ਨਸ਼ਾ ਭਰਾਵੋ ਜੇ ਇੱਕ ਨੌਜਵਾਨ ਉੱਠਿਆ ਸੀ ਉਹ ਪਰਮਿੰਦਰ ਚੋਟਾ ਉੱਠਿਆ ਨੇ ਪੂਰੇ ਪੰਜਾਬ ਨੂੰ ਜਾਗ ਲਾਈ ਕਰਕੇ ਅੱਜ ਪੂਰਾ ਮਹੀਨਾ ਹੋ ਗਿਆ ਇਹ ਸਰਕਾਰ ਦਾ ਅੰਦਰ ਦਿੱਤਾ ਹੋਇਆ ਕੋਈ ਪ੍ਰਵਾਹ ਨਹੀਂ ਲੋਕਾਂ ਨੂੰ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਉਵੇਂ ਹੀ ਪ੍ਰਵਾਹ ਨਹੀਂ ਕਰ ਰਹੇ ਹਲੇ ਵੀ ਸਾਨੂੰ ਐਂ ਲੱਗਦਾ ਕਿ ਯਾਰ ਇਹ ਮਸਲਾ ਇਕੱਲੇ ਪਰਮਿੰਦਰ ਚੋਟੇ ਦਾ ਇਹ ਮਸਲਾ ਕਿਸੇ ਜਥੇਬੰਦੀ ਦਾ ਇਹ ਮਸਲਾ ਕਿਸੇ 2-4 ਬੰਦਿਆਂ ਦਾ ਭਰਾਵੋ ਇਹ ਅੱਗ ਦੀ ਲਪੇਟ ਦੇ ਵਿੱਚ ਸਾਰਿਆਂ ਨੇ ਆਉਣਾ ਕਿਸੇ ਦਾ ਜਵਾਕ ਨਹੀਂ ਬਚਣਾ ਮੇਰੀ ਗੱਲ ਯਾਦ ਰੱਖੋ ਜਿਹੜੀ ਅੱਗ ਲੱਗੀ ਹੋਈ ਹੈ ਨਸ਼ੇ ਦੀ ਚਿੱਟੇ ਦੀ ਇਹਦਾ ਸੇਕ ਹੈ ਚਾਹੇ ਕੋਈ ਸ਼ਹਿਰੀ ਹੈ ਚਾਹੇ ਪੇਂਡੂ ਹੈ ਚਾਹੇ ਕੋਈ ਮਜ਼ਦੂਰ ਹੈ ਕਿਸਾਨ ਆ ਆੜ੍ਹਤੀ ਆ ਵਪਾਰੀ ਆ ਹਰ ਘਰ ਤੱਕ ਸੇਕ ਪਹੁੰਚਣਾ ਜੀ ਅੱਜ ਨਾ ਉੱਥੇ ਤਾਂ ਹੈਰਾਨੀ ਦੀ ਗੱਲ ਹੈ ਅੱਜ ਪੂਰਾ 1.5 ਮਹੀਨਾ ਹੋ ਗਿਆ ਮੋਰਚਾ ਚੱਲਦੇ ਨੂੰ ਮੋਰਚਾ ਮਾਨਸਾ ਦੇ ਵਿੱਚ ਕਿਸੇ ਸਰਕਾਰ ਦਾ ਕਿਸੇ MLA ਦਾ ਕਿਸੇ ਮੰਤਰੀ ਦਾ ਕਿਸੇ ਮੁੱਖ ਮੰਤਰੀ ਦਾ ਕੋਈ ਬਿਆਨ ਤੱਕ ਨਹੀਂ ਆਇਆ ਮਾੜੀਆਂ ਮਾੜੀਆਂ ਗੱਲਾਂ ਦੇ ਉੱਤੇ ਟਵੀਟ ਕਰਨ ਵਾਲੇ
छोटिया छोटिया गलों के उत्ते टिप्पणियां करने वाले पंजाब का मुख्यमंत्री अज कित्थे सुत्ता पिया भी कित्थे चुप्पा कित्थे सुत्ता पिया सारा प्रशासन की पंजाब के डीजीपी नूं की जिले के SSP नूं की DSP नूं की किसी थाने के थानेदार नूं नहीं पता कि कुत्ता कित्थे दिखदा किहड़े बंदे बेचदे है कौन बकाउंदा कित्थे लैंदे है ओ भरावो जदों इन्हां ने कोई महत्व बंदा सी घरे तू नाला वेखा तड़ा तबड़ा पा लैंदा शराब का सारे पंजा मिनटा जाके फड़ लेंगे बिच्छू ठेकेदार रल जाते हैं बिच्छू पोसा जाती है उदो सारा पता लग जाता है पर सरेआम चिट्टा दिख रहा है वो साड़ी जवानी मर रही है लोग तरह तरह करते ने मावा इन्हों तड़प रही ने बिलक रही ने मावा भैन लहनता पा रही रही है सरकार के उत्ते पर कोई काम तो दो भरावो इस करके भाई अपील करना है धड़ेबाजिया तो पार्टियां तो मजबा धर्मां तो उपर उठ के अपनी जवानी अपने जवाकों को बचाने वाले चाहे शहरी ने चाहे पेंडू ने चाहे किसान आ चाहे मजदूर आ भरावो सारे इकट्ठे होके आपां नस पाउणी है अपील है कि 14 तरीक को वड्डा इकट्ठ करके मानसा च पहुंचो खड़े रेचे हथकंडियां ते आईयां होईयां ने सरकारां जां प्रशासन बड़ा प्रापेगंडा कीता जा रहा है इस लहर नूं खत्म करन दे लई तरह तरह दीआं गल्लां कीतीआं जा रहीआं ने पर हुण जे आपां उठे हैं जागे हैं बड़े लंबे समे बाद पंजाब जागिआ ते पंजाबी हुण सौणा नहीं जागना नहीं मेरी गल याद रखो आ वड्डियां वड्डियां इमारतां खड़ियां करी बैठे हो जिन्हां दे उत्ते कई कई करोड़ रुपया तुसीं लाया आ जायदादां जमीनां जड़ी बैठे हो ਵੱਡੀਆਂ ਵੱਡੀਆਂ ਗੱਡੀਆਂ ਲਈ ਬੈਠੋ 20-50 ਲੱਖ ਦੀਆਂ ਉਹ ਜੇ ਗੱਡੀਆਂ ਚਲਾਉਣ ਵਾਲੀ ਨਾ ਬੱਸੇ ਜੇ ਜ਼ਮੀਨਾਂ ਜਾਇਦਾਦਾਂ ਸਾਂਭਣ ਵਾਲੀ ਨਾ ਬੱਸੇ ਇੰਨਾ ਐਡੀਆਂ ਐਡੀਆਂ ਹਵੇਲੀਆਂ 'ਚ ਰਹਿਣ ਵਾਲੀਆਂ ਜਾਉਂਦੇ ਰਹੇ ਉਹ ਕੀ ਕਰਾਂਗੇ ਜਾਇਦਾਦਾਂ ਹਵੇਲੀਆਂ ਜ਼ਮੀਨਾਂ ਜੋੜ ਕੇ ਸੋ ਅੱਜ ਹਰ ਬੰਦੇ ਦਾ ਫਰਜ਼ ਬਣਦਾ ਪਈ ਇਹ ਨਾ ਸੋਚਿਆ ਕਰੋ ਵੀ ਕੋਈ ਗੱਲ ਨਹੀਂ ਉਹ ਜਥੇਬੰਦੀ ਲੜ ਰਹੀ ਆ ਇਕੱਲਾ ਬੰਦਾ ਲੜ ਰਿਹਾ ਆਪਾਂ ਕੀ ਲੈਣਾ ਉਹ ਭਰਾਵੋ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਲੋਕ ਉੱਠ ਕੇ ਇਸ ਲਹਿਰ ਦਾ ਆਪਾਂ ਹਿੱਸਾ ਬਣੀਏ ਇਹ ਲਹਿਰ ਆਪਾਂ ਠੰਡੀ ਮੱਠੀ ਨਹੀਂ ਪੈਣ ਦੇਣੀ ਸੋ ਆਓ ਮੇਰਾ ਵੀਰਾ ਸਾਰੇ ਇਕੱਠੇ ਹੋ ਕੇ 14 ਨੂੰ ਆਪਾਂ ਮਾਨਸਾ ਕਚਹਿਰੀਆਂ ਦੇ ਵਿੱਚ ਪਹੁੰਚ ਗਏ ਸੱਤੇ ਦੇ ਤਸਕਰਾਂ ਦੀ ਯਾ ਪੰਜਾਬ ਸਰਕਾਰ ਮੁਰਦਾਬਾਦ ਸੱਤੇ ਦੇ ਤਸਕਰਾਂ ਦੀ ਯਾਰ ਪੰਜਾਬ ਸਰਕਾਰ ਮੁਰਦਾਬਾਦ ਹਰਿਮੰਦਰ ਸਿੰਘ ਝੋਟੇ ਨੂੰ ਰਿਹਾ ਕਰੋ ਹਰਿਮੰਦਰ ਸਿੰਘ ਝੋਟੇ ਨੂੰ ਬਿਨਾਂ ਸ਼ਰਤ ਰਿਹਾ ਕਰੋ ਹਰਿਮੰਦਰ ਸਿੰਘ ਝੋਟੇ ਨੂੰ ਬਿਨਾਂ ਸ਼ਰਤ ਰਿਹਾ ਕਰੋ ਬਹੁਤ ਬਹੁਤ ਧੰਨਵਾਦ